ਗਰਮੀ ਦੇ ਵਿੱਚ ਹਰ ਕੋਈ ਵੱਖ-ਵੱਖ ਅਤਕੰਡਾ ਅਪਣਾਉਂਦਾ ਕਿ ਮੈਂ ਗਰਮੀ ਤੋਂ ਬਚਾਂ, ਤਾਂ ਇਹ ਵੀ ਇੱਕ ਖਾਸ ਉਪਰਾਲਾ ਹੈ ਗਰਮੀ ਤੋਂ ਬਚਣ ਵਾਸਤੇ ਲੋਕਾਂ। ਪੁਰਾਤਨ ਸਮੇਂ ਤੋਂ ਹੀ ਮਿੱਟੀ ਦੇ ਭਾਂਡੇ ਦੀ ਬੜੀ ਵੈਲਿਊ ਸੀ, ਬਟ ਕਰੋਨਾ ਕਾਲ ਤੋਂ ਬਾਅਦ ਇਹਦੀ ਵੈਲਿਊ ਇੰਨੀ ਕੁ ਵੱਧ ਚੁੱਕੀ ਹੈ ਕਿ ਹੁਣ ਤਾਂ ਥੋੜ੍ਹਾ ਸੀਜ਼ਨ ਔਫ ਹੈ। ਅਦਰਵਾਈਜ਼ ਇਹ ਮਿੱਟੀ ਦੇ ਭਾਂਡਿਆਂ ਦਾ ਇੰਨੀ ਕੁ ਡਿਮਾਂਡ ਸੀ ਕਿ ਸਾਡੇ ਕੋਲ ਭਾਂਡੇ ਪੂਰੇ ਨਹੀਂ ਸੀ ਹੁੰਦੇ। ਇਹ ਜਿਹੜੇ ਮਿੱਟੀ ਦਾ ਜਿਹੜੀ ਮਿੱਟੀ ਹੁੰਦੀ ਹੈ ਜਿਹੜੇ ਬਣਾਏ ਜਾਂਦੇ, ਇਹ ਮਿੱਟੀ ਕਿਹੜੀ ਹੁੰਦੀ ਖਾਸ ਕਰਕੇ ਇਹਦੀ ਵਿੱਚ? ਇਹ ਬੇਸਿਕਲੀ ਚੀਕਨੀ ਮਿੱਟੀ ਹੁੰਦੀ, ਉਹਦੇ ਵਿੱਚ ਰੇਤਾ ਮਿਕਸ ਕੀਤਾ ਹੁੰਦਾ, ਰੇਤਾ ਦੇ ਨਾਲ ਹੀ ਉਹਦੇ 'ਚ ਕੂਲਿੰਗ ਆਉਂਦੀ ਹੈ। ਤਵਾ ਮਿੱਟੀ ਦਾ ਲੈਣ ਲੱਗੇ? ਇਹ ਮਿੱਟੀ ਦਾ ਨਾ ਇੱਕ ਤਾਂ ਇਹਦੇ ਜਿਹੜਾ ਹੈਗਾ ਪ੍ਰਦੂਸ਼ਣ ਰਹਿਤ ਹੈ, ਅਤੇ ਦੂਜਾ ਜਿਹੜਾ ਹੈਗਾ ਵਾ ਅੱਜ ਕੱਲ੍ਹ ਬਿਮਾਰੀਆਂ ਬਹੁਤ ਹੈਗੀਆਂ, ਜਿਵੇਂ ਆਪਾਂ ਸਟੀਲ ਦਾ ਭਾਂਡਾ ਵਰਤਦੇ ਹਾਂ ਕੈਂਸਰ ਹੋਣ ਦਾ ਡਰ ਰਹਿੰਦਾ ਵਾ। ਇਹ ਜਿਹੜੇ ਮਿੱਟੀ ਦੇ ਭਾਂਡੇ ਦੇ ਵਿੱਚ ਇਹ ਹੈਗਾ ਵਾ, ਇਹ ਬਿਲਕੁਲ ਸਫਾਈ ਵੀ ਰਹਿੰਦੀ ਹੈ ਅਤੇ ਨਾਲੇ ਇਹਦੇ ਜਿਹੜੇ ਜਿਹੜੇ ਤੱਤ ਸਾਰੇ ਹੁੰਦੇ ਆ ਉਹ ਆਪਾਂ ਨੂੰ ਸਿਹਤਮੰਦ ਵੀ ਰੱਖਦੇ ਆ। ਦੋਸਤੋ, ਗਰਮੀ ਦਾ ਮੌਸਮ ਹੈ ਤਾਂ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਹਰ ਕੋਈ ਵੱਖ ਵੱਖ ਤਰੀਕੇ ਦੇ ਨਾਲ ਅਤਕੰਡੇ ਅਪਣਾਉਂਦਾ ਤਾਂ ਜੋ ਗਰਮੀ ਤੋਂ ਰਾਹਤ ਪਾਈ ਜਾ ਸਕੇ। ਤਾਂ ਗਰਮੀ ਤੋਂ ਰਾਹਤ ਪਾਉਣ ਵਾਸਤੇ ਇੱਕ ਅਤਕੰਡਾ ਇਹ ਵੀ ਅਪਣਾਇਆ ਜਾਂਦਾ, ਜਿੱਥੇ ਅਸੀਂ ਮੌਜੂਦ ਹਾਂ ਮਿੱਟੀ ਦੇ ਘੜੇ ਇੱਥੇ ਵੇਚੇ ਜਾਂਦੇ ਨੇ, ਤਾਂ ਲੋਕ ਮਿੱਟੀ ਦੇ ਘੜੇ ਵਿੱਚ ਪਾਣੀ ਪਾ ਕੇ ਰੱਖ ਦਿੰਦੇ ਨੇ ਤਾਂ ਫਰਿੱਜ ਤੋਂ ਜ਼ਿਆਦਾ ਠੰਡਕ ਦਿੰਦੇ ਨੇ, ਤਸੀਲ ਠੰਡੀ ਹੋ ਜਾਂਦੀ ਹੈ ਮਿੱਟੀ ਦੇ ਘੜੇ ਦੇ ਵਿੱਚ, ਜਿਸ ਵਜ੍ਹਾ ਕਰਕੇ ਪਹਿਲੇ ਤਾਂ ਹੀ ਇਹ ਜਿਹੜੀ ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਆ। ਵੈਸੇ ਤਾਂ ਇਹ ਰੈਗੂਲਰ ਹੀ ਵਿਕਦੇ ਨੇ, ਪਰ ਗਰਮੀ ਦੇ ਵਿੱਚ ਜ਼ਿਆਦਾ ਲੋਕ ਇਸ ਬਰਤਨਾਂ ਵੱਲ ਧਿਆਨ ਦਿੰਦੇ ਨੇ, ਜਾਂ ਤਾਂ ਜੋ ਇਹਨਾਂ ਦੀ ਇਹਨਾਂ ਵਿੱਚ ਪਾਣੀ ਰੱਖਿਆ ਜਾਵੇ ਜਾਂ ਫਿਰ ਕੋਈ ਵੀ ਚੀਜ਼ ਰੱਖੀ ਜਾਵੇ ਇਹਦੀ ਤਸੀਲ ਠੰਡੀ ਹੋਵੇ ਤਾਂ ਅਸੀਂ ਆਪ ਗਰਮੀ ਤੋਂ ਰਾਹਤ ਪਾ ਸਕੀਏ। ਤਾਂ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਕੀ ਕਹਿਣਾ ਚਾਹੁੰਦੇ ਜੀ? ਜਿਸ ਤਰ੍ਹਾਂ ਮੈਂ ਦੱਸਦਾ ਪਿਆ ਕਿ ਗਰਮੀ ਦੇ ਵਿੱਚ ਹਰ ਕੋਈ ਵੱਖ ਵੱਖ ਅਤਕੰਡਾ ਅਪਣਾਉਂਦਾ ਕਿ ਮੈਂ ਗਰਮੀ ਤੋਂ ਬਚਾਂ, ਤਾਂ ਇਹ ਵੀ ਇੱਕ ਖਾਸ ਉਪਰਾਲਾ ਹੈ ਗਰਮੀ ਤੋਂ ਬਚਣ ਵਾਸਤੇ ਲੋਕਾਂ ਦੀ। ਦੇਖੋ ਜੀ, ਇਹ ਤਾਂ ਵੈਸੇ ਪੁਰਾਤਨ ਸਮੇਂ ਤੋਂ ਹੀ ਮਿੱਟੀ ਦੇ ਭਾਂਡੇ ਦੀ ਬੜੀ ਵੈਲਿਊ ਸੀ, ਬਟ ਕਰੋਨਾ ਕਾਲ ਤੋਂ ਬਾਅਦ ਇਹਦੀ ਵੈਲਿਊ ਇੰਨੀ ਕੁ ਵੱਧ ਚੁੱਕੀ ਹੈ ਕਿ ਹੁਣ ਤਾਂ ਥੋੜ੍ਹਾ ਸੀਜ਼ਨ ਔਫ ਹੈ। ਅਦਰਵਾਈਜ਼ ਇਹ ਮਿੱਟੀ ਦੇ ਭਾਂਡਿਆਂ ਦਾ ਇੰਨੀ ਕੁ ਡਿਮਾਂਡ ਸੀ ਕਿ ਸਾਡੇ ਕੋਲ ਭਾਂਡੇ ਪੂਰੇ ਨਹੀਂ ਸੀ ਹੁੰਦੇ। ਸੋ ਅੱਜ ਦੀ ਡੇਟ 'ਚ ਅਸੀਂ ਵੀ ਲੋਕਾਂ ਨੂੰ ਇਹੀ ਰਿਕਮੈਂਡ ਕਰਦੇ ਹਾਂ ਵੀ ਜਿਹੜੇ ਫਰਿੱਜ ਵਗੈਰਾ ਦਾ ਪਾਣੀ ਪੀਣਾ ਵੈ ਉਹ ਇਹਨਾਂ ਸਿਹਤ ਵਾਸਤੇ ਹਾਨੀਕਾਰਕ ਹੈਗਾ, ਕੋਈ ਪੁੱਛੋ ਨਾ। ਅੱਜ ਤੁਸੀਂ ਇੱਕ ਇੱਕ ਛੋਟਾ ਘੜਾ ਲਓ, ਵੱਡਾ ਘੜਾ ਲਓ, ਘੜਾ ਜ਼ਰੂਰ ਲੈ ਕੇ ਜਾਓ ਆਪਣੇ ਘਰ ਬੱਚਿਆਂ ਨੂੰ ਅਤੇ ਆਪ ਸਿਰ ਉੱਠ ਕੇ ਤਿੱਤਾ ਜਾ। ਵੇਖ ਕੇ ਆਨੰਦ ਆ ਜਾਂਦਾ ਜਦੋਂ ਮਿੱਟੀ ਦਾ ਘੜਾ ਥੱਲੇ ਰੇਤ ਪਈ ਹੋਵੇ, ਰੇਤ ਦਾ ਦਾਵੜਾ ਪਿਆ ਹੋਵੇ, ਠੰਡੀ ਰੇਤ ਹੋਵੇ, ਉੱਤੇ ਮਿੱਟੀ ਦਾ ਘੜਾ ਦੇ ਵਿੱਚ ਹੋਵੇ ਪਾਣੀ, ਤਾਂ ਜਦੋਂ ਪਾਣੀ ਕੱਢਿਆ ਜਾਵੇ ਤਾਂ ਫਿਰ ਨਜ਼ਾਰਾ ਹੀ ਕੁਛ ਹੋ ਰਿਹਾ। ਐਵੇਂ ਜੀ, ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਵਿਗਿਆਨਿਕ ਦਾ ਯੁੱਗ ਹੈ। ਅੱਜ ਕੱਲ੍ਹ ਅੱਗੇ ਘੁਮਿਆਰ ਬਰਤਨ ਬਣਾਉਂਦੇ ਸੀ, ਆਪਣੇ ਅੱਡੇ ਦੇ ਉੱਪਰ ਬਣਾ ਕੇ ਉਹਨੂੰ ਗੁਲਾਈ ਦਿੰਦੇ ਸੀ। ਅੱਜ ਕੱਲ੍ਹ ਤਾਂ ਬਹੁਤ ਵਧੀਆ ਵਧੀਆ ਆਟੋਮੈਟਿਕ ਮਸ਼ੀਨਸ ਆ ਗਈਆਂ ਨੇ, ਉਹਦੇ ਨਾਲ ਬੰਦੇ ਨੇ ਬਾਅਦ 'ਚ ਪਕਾਏ ਜਾਂਦੇ ਨੇ, ਬੰਦਾ ਹੀ ਆਟੋਮੈਟਿਕ ਹੋ ਚੁੱਕਾ, ਬੰਦਾ ਆਟੋਮੈਟਿਕ ਹੋ ਚੁੱਕਾ, ਬੰਦਾ ਹੀ ਆਟੋਮੈਟਿਕ ਹੋ ਚੁੱਕਾ। ਇਹਦੇ ਵਿੱਚ ਕਿਸ ਤਰੀਕੇ ਦੇ ਕਿੰਨੇ ਤਰੀਕੇ ਦੇ ਬਰਤਨ ਜਿਹੜੇ ਬਣਾਏ ਜਾਂਦੇ ਨੇ, ਇੱਕ ਵਾਰ ਤਸਵੀਰ ਤਾਂ ਸਾਰੀ ਬਰਤਨਾਂ ਦੀ ਦਿਖਾਓ ਕਿ ਕਿਸ ਤਰੀਕੇ ਨਾਲ ਟੂਟੀਆਂ ਲੱਗੀਆਂ ਨੇ, ਵਾਟਰ ਕੂਲਰ ਬਣਾਏ ਹੋਏ ਨੇ ਜਾਂ ਫਿਰ ਘੜੇ ਨੇ, ਜਾਂ ਫਿਰ ਜ਼ਿਆਦਾ ਲੋਕ ਕਿਹੜੀ ਚੀਜ਼ ਨੂੰ ਪਸੰਦ ਕਰਦੇ? ਬੇਸਿਕਲੀ ਇਹ ਜਿਹੜੇ ਘੜੇ ਨੇ ਜੀ, ਪਹਿਲਾਂ ਤਾਂ ਸਿਰਫ ਰਾਊਂਡ ਹੀ ਆਉਂਦੇ ਸੀ, ਅੱਜ ਕੱਲ੍ਹ ਵੱਖ ਵੱਖ ਸ਼ੇਪਸ ਜਾ ਰਹੇ ਨੇ ਕਿਉਂਕਿ ਸਾਡੇ ਘਰ ਦਿਨੋਂ ਦਿਨ ਛੋਟੇ ਹੁੰਦੇ ਜਾ ਰਹੇ ਨੇ, ਅਤੇ ਆਮ ਲੇਡੀਜ਼ ਜਿਹੜੀ ਆਉਂਦੀਆਂ ਨੇ ਉਹਨਾਂ ਦਾ ਇਹ ਵਿਚਾਰ ਹੁੰਦਾ ਵਾ ਕਿ ਭਾਅ ਜੀ ਸਾਡੇ ਜਗ੍ਹਾ ਘੱਟ ਗਈ, ਛੋਟਾ ਜਿਹਾ ਘੜਾ ਦਿਓ। ਉਹ ਘੜਿਆਂ ਦੇ ਅੱਗੇ ਟੂਟੀ ਲਾਉਣ ਤੋਂ ਭਾਵ ਇਹ ਹੈ ਵੀ ਅੱਗੇ ਸਾਡੇ ਘਰਾਂ ਦੀਆਂ ਜਨਾਨੀਆਂ ਕੀ ਹੁੰਦਾ ਸੀ ਵਿੱਚੋਂ ਕੌਲੀ ਭਰ ਕੇ ਕੋਈ ਬਰਤਨ ਭਰ ਕੇ ਅਤੇ ਗਲਾਸ ਭਰ ਲੈਣਾ, ਅੱਜ ਕੱਲ੍ਹ ਉਹੀ ਗੱਲ ਆ ਗਈ ਵੀ ਪੜ੍ਹਿਆਂ ਲਿਖਿਆਂ ਦਾ ਯੁੱਗ ਆ, ਗੂਗਲ ਦਾ ਯੁੱਗ ਆ ਗਿਆ, ਅਤੇ ਉਹ ਟੂਟੀ 'ਚੋਂ ਪਾਣੀ ਭਰ ਕੇ ਅਤੇ ਆਪਣਾ ਸਾਰੀ ਤੁਰੀ ਜਾਂਦੀਆਂ। ਅੱਛਾ, ਲੱਗਦਾ ਨਹੀਂ ਕਿ ਯੁੱਗ ਇਸ ਤਰ੍ਹਾਂ ਦਾ ਕਿ ਚੁਟਕੀ ਮਾਰਨੀ ਤਾਂ ਪਾਣੀ ਬਾਹਰ ਨਹੀਂ, ਪਾਣੀ ਬਾਹਰ ਕੇ ਮੈਨੂੰ ਤਾਂ ਸ਼ੱਕ ਹੈ ਜੀ ਪਾਣੀ ਆਪਣੇ ਮੂੰਹ 'ਚ ਜਾਣੇ ਪੈਣਾ। ਇਸ ਤਰ੍ਹਾਂ ਦਾ ਮਾਹੌਲ ਆਏ ਨਾ, ਜੋ ਜ਼ਮਾਨਾ ਜਿਹੜਾ ਫਾਰਵਰਡ ਲਗਾਤਾਰ ਹੋ ਰਿਹਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਇਹ ਜਿਹੜੇ ਮਿੱਟੀ ਦਾ ਜਿਹੜੀ ਮਿੱਟੀ ਹੁੰਦੀ ਹੈ ਜਿਹੜੇ ਬਣਾਏ ਜਾਂਦੇ, ਇਹ ਮਿੱਟੀ ਕਿਹੜੀ ਹੁੰਦੀ ਖਾਸ ਕਰਕੇ ਇਹਦੀ ਵਿੱਚ? ਇਹ ਬੇਸਿਕਲੀ ਚੀਕਨੀ ਮਿੱਟੀ ਹੁੰਦੀ, ਉਹਦੇ ਵਿੱਚ ਰੇਤਾ ਮਿਕਸ ਕੀਤਾ ਹੁੰਦਾ, ਰੇਤਾ ਦੇ ਨਾਲ ਹੀ ਉਹਦੇ 'ਚ ਕੂਲਿੰਗ ਆਉਂਦੀ ਹੈ ਪਾਣੀ ਦੇ ਵਿੱਚ। ਨੋ ਡਾਊਟ ਜਿਹੜਾ ਅੱਛਾ ਬਰਤਨ ਬਣਿਆ ਵਾ ਉਹਦੇ 'ਚ ਕੂਲਿੰਗ ਆਪਣੇ ਫਰਿੱਜ ਨਾਲੋਂ ਜ਼ਿਆਦਾ ਹੁੰਦੀ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ ਹੈ ਜੀ। ਬਿਲਕੁਲ ਸਹੀ ਗੱਲ ਹੈ ਕਿ ਸ਼ੰਕਾ ਕੋਈ ਨਹੀਂ ਹੈ ਇਹਦੇ ਵਿੱਚ ਕਿ ਮਿੱਟੀ ਦੇ ਵਿੱਚ ਜਦੋਂ ਥੋੜ੍ਹੀ ਜਿਹੀ ਰੇਤ ਮਿਕਸ ਕਰਕੇ ਉਹਦਾ ਬਰਤਨ ਬਣਾਇਆ ਜਾਂਦਾ ਤਾਂ
ਕੂਲਿੰਗ ਜ਼ਿਆਦਾ ਹੋ ਜਾਂਦੀ ਆ। ਅੱਛਾ ਇਹ ਜਿਹੜੇ ਹੈਗੇ ਆ ਕੀ ਤਵੇ ਨੇ ਜੀ? ਇਹ ਤਵੇ ਕੀ ਅੱਜ ਕੱਲ੍ਹ ਜੀ ਤਕਰੀਬਨ ਸਾਰੇ ਕਿਆ ਤਵਾ ਹੈ, ਜਿਵੇਂ ਅੱਜ ਕੱਲ੍ਹ ਕੁੱਕਰ ਆ ਗਿਆ, ਕੜਾਹੀ ਆ ਗਈ ਹੈ ਜੀ, ਉਹ ਅੱਜ ਕੱਲ੍ਹ ਤੁਹਾਨੂੰ ਦੱਸਿਆ ਸੀ ਕਰੋਨਾ ਤੋਂ ਬਾਅਦ ਲੋਕ ਇੰਨੇ ਕੁ ਜ਼ਿਆਦਾਤਰ ਸਾਰੇ ਕੌਨਸ਼ੀਅਸ ਹੋ ਗਏ ਨੇ ਕਿ ਉਹ ਬਰਤਨ ਦੀ ਮਿੱਟੀ ਦਾ ਯੂਜ਼ ਕਰਨ ਲੱਗ ਗਏ ਨੇ। ਤਕਰੀਬਨ ਹੀ ਬਰਤਨ ਮਿੱਟੀ ਦੀ, ਬਿਲਕੁਲ। ਦੇਖੋ ਇਹਨਾਂ ਘੜਿਆਂ ਨੂੰ ਰੱਖਣ ਵਾਸਤੇ ਖਾਸ ਉਪਰਾਲੇ ਵੀ ਕੀਤੇ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਘੜਾ ਅਸੀਂ ਰੱਖਣਾ ਤਾਂ ਆਹ ਦੇਖੋ ਇਹ ਲਿਆ ਜੀ ਤਵਾ, ਦੇਖੋ ਜੀ ਲੋਕ ਇੱਥੇ ਪਹੁੰਚਦੇ ਨੇ ਤਾਂ ਵਧੀਆ ਇੱਕ ਖਾਸ ਤਸਵੀਰ ਆ। ਬਾਬਾ ਜੀ ਤਵਾ ਮਿੱਟੀ ਦਾ ਲੈਣ ਲੱਗੇ? ਇਹ ਮਿੱਟੀ ਦਾ ਨਾ ਇੱਕ ਤਾਂ ਇਹਦੇ ਜਿਹੜਾ ਹੈਗਾ ਪ੍ਰਦੂਸ਼ਣ ਰਹਿਤ ਹੈ, ਅਤੇ ਦੂਜਾ ਜਿਹੜਾ ਹੈਗਾ ਵਾ ਅੱਜ ਕੱਲ੍ਹ ਬਿਮਾਰੀਆਂ ਬਹੁਤ ਹੈਗੀਆਂ, ਜਿਵੇਂ ਆਪਾਂ ਸਟੀਲ ਦਾ ਭਾਂਡਾ ਵਰਤਦੇ ਹਾਂ ਕੈਂਸਰ ਹੋਣ ਦਾ ਡਰ ਰਹਿੰਦਾ ਵਾ। ਇਹ ਜਿਹੜੇ ਮਿੱਟੀ ਦੇ ਭਾਂਡੇ ਦੇ ਵਿੱਚ ਇਹ ਹੈਗਾ ਵਾ, ਇਹ ਬਿਲਕੁਲ ਸਫਾਈ ਵੀ ਰਹਿੰਦੀ ਹੈ ਅਤੇ ਨਾਲੇ ਇਹਦੇ ਜਿਹੜੇ ਜਿਹੜੇ ਤੱਤ ਸਾਰੇ ਹੁੰਦੇ ਆ ਉਹ ਆਪਾਂ ਨੂੰ ਸਿਹਤਮੰਦ ਵੀ ਰੱਖਦੇ ਆ। ਪੁਰਾਣੇ ਲੋਕ ਸੋਚਦੇ ਆ, ਲੱਗਦਾ ਕਿ ਨਵੇਂ ਵੀ ਸੋਚਦੇ ਆ ਇਹ? ਪੁਰਾਣੇ ਤਾਂ ਸੋਚਦੇ, ਹੁਣ ਨਵੇਂ ਵੀ ਜਾਗਰੂਕ ਹੋਣਾ ਚਾਹੀਦਾ ਉਹਨਾਂ ਨੂੰ ਵੀ, ਜੇ ਜਾਗਰੂਕ ਹੋਣਗੇ ਤਾਂ ਬਿਮਾਰੀਆਂ ਤੋਂ ਬਚਣਗੇ, ਨਹੀਂ ਤਾਂ ਇੰਸ਼ੋਰੈਂਸ ਹੋ ਰਹੀ ਹੈ, ਹਸਪਤਾਲ ਵਾਲੇ ਤਾਂ ਲੁੱਟ ਰਹੇ ਅੱਜ ਕੱਲ੍ਹ। ਇਹ ਸਾਡੇ ਭਾਜੀ ਨੇ ਜੀ, ਸਾਡੇ ਬਹੁਤ ਪੁਰਾਣੇ ਕਸਟਮਰ ਨੇ, ਇਹਨਾਂ ਨੇ ਕੋਈ ਵੀ ਘਰ ਦਾ ਬਰਤਨ ਮਿੱਟੀ ਵਾਲਾ ਜਿਹੜਾ ਨਾਂ ਰੱਖਿਆ ਹੋਵੇ, ਹਰ ਇੱਕ ਬਰਤਨ ਲੈ ਕੇ ਫਰਿੱਜ ਦਾ ਪਾਣੀ ਨਹੀਂ ਪੀਂਦੇ ਨਾ, ਬਿਲਕੁਲ ਨਹੀਂ ਪੀਂਦਾ ਜੀ। ਇਹ ਆਉਂਦੇ ਨੇ ਸਾਡੇ ਦੋ ਘਰੇ ਹੋਰ ਵੇਖ ਜਾਂਦੇ, ਉਹ ਤਾਂ ਪਾਣੀ ਕੋਸ਼ਿਸ਼ ਕਰੀ ਦੀ ਹੈ ਉਬਾਲ ਕੇ ਕੋਸਾ ਕਰਕੇ ਪੀਏ। ਬਾਬਾ ਜੀ ਉਮਰ ਕਿੰਨੀ ਤੁਹਾਡੀ? ਮੇਰੀ ਉਮਰ 60 ਸਾਲ ਹੈ ਜੀ। 60 ਸਾਲ ਦੀ ਉਮਰ ਦੇ ਵਿੱਚ ਵੇਖ ਲਓ ਜਰਾ ਇੱਕ ਵਾਰ ਜਜ਼ਬਾ, ਇੱਥੇ ਖੜੇ ਨੇ ਤੇ ਕਹਿੰਦੇ ਨੇ ਕਿ ਮਿੱਟੀ ਦਾ ਬਰਤਨ ਹੀ ਮੈਂ ਘਰ ਵਿੱਚ ਯੂਜ਼ ਕਰਦਾ, ਤਾਂ ਉਮਰਾਂ ਵੀ ਵੱਧਦੀਆਂ ਨੇ ਜਦੋਂ ਅਸੀਂ ਪੁਰਾਣੇ ਸੱਭਿਆਚਾਰ ਨਾਲ ਜੁੜਦੇ ਹਾਂ, ਪੁਰਾਣੇ ਅਸੀਂ ਵਿਰਸੇ ਨਾਲ ਜੁੜਦੇ ਹਾਂ, ਤਾਂ ਉਹਦੇ ਵਿੱਚ ਬਹੁਤ ਕੁਛ ਲੁਕਿਆ ਹੁੰਦਾ, ਜਿਹੜਾ ਬਾਹਰ ਨਿਕਲਦਾ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਵਾਕਿਆ ਦੇ ਵਿੱਚ ਕੁਛ ਖਾਸ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਸੱਚ ਕਿਹਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇਹ ਆਪਣੇ ਡੇਲੀ ਪੋਸਟ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਜਿਹੜੇ ਮਿੱਟੀ ਦੇ ਭਾਂਡੇ ਵਰਤਣੇ ਚਾਹੀਦੇ ਹੈ ਤਾਂ ਕਿ ਤੁਸੀਂ ਸਿਹਤਮੰਦ ਰਹਿ ਸਕੋ। ਬਹੁਤ ਬਹੁਤ ਧੰਨਵਾਦ। ਤਾਂ ਬਿਲਕੁਲ ਗ੍ਰਾਹਕ ਘੱਟ ਤਾਂ ਨਹੀਂ ਆਉਂਦਾ? ਨਹੀਂ ਨਹੀਂ ਠੀਕ ਹੈ, ਜੋ ਪਰਮਾਤਮਾ ਦੇ ਰਿਹਾ ਉਤਨੇ ਮੈਂ ਹੀ ਆਨੰਦ ਰਹਿਣਾ ਹੈ, ਹੋਰ ਕਿਆ। ਤਾਂ ਬਿਲਕੁਲ ਇਹ ਖਾਸ ਤਸਵੀਰ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਇਸ ਕਰਕੇ ਕਰਦੇ ਪਏ ਹਾਂ ਕਿ ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਜਿਹੜਾ ਹਥਕੰਡਾ ਅਪਣਾਓਗੇ ਤਾਂ ਮੇਰੇ ਹਿਸਾਬ ਦੇ ਨਾਲ ਗਰਮੀ ਜਿਹੜੀ ਆ ਉਹ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਗਰਮੀ ਲੱਗਦੀ ਉਹ ਖਤਮ ਹੋ ਜਾਏਗੀ, ਕਿਉਂਕਿ ਇਹਦੇ ਨਾਲ ਤਸੀਲ ਠੰਡੀ ਹੁੰਦੀ ਆ, ਜਿਹੜੇ ਮਿੱਟੀ ਦੇ ਬਰਤਨ ਨੇ ਉਹਦੀ ਤਸੀਲ ਠੰਡੀ ਹੁੰਦੀ ਆ। ਫਰਿੱਜ ਦੇ ਪਾਣੀ ਨੂੰ ਅਸੀਂ ਪੀ ਤਾਂ ਲੈਂਦੇ ਹਾਂ ਪਰ ਥੋੜ੍ਹੀ ਦੇਰ ਬਾਅਦ ਫਿਰ ਪਿਆਸ ਲੱਗਦੀ, ਪਰ ਜਦੋਂ ਇਸ ਪਾਣੀ ਨੂੰ ਪੀਂਦੇ ਹਾਂ ਤਾਂ ਫਿਰ ਸਮਾਂ ਅਸੀਂ ਲੰਬਾ ਕਰ ਦਿੰਦੇ ਹਾਂ, ਜਾਂ ਕਿ ਗਰਮੀ ਦੀ ਜਿਹੜੀ ਆ ਇੱਕ ਖਾਸ ਤੋੜ ਹੈ ਇਹਨਾਂ ਮਿੱਟੀ ਦੇ ਬਰਤਨਾਂ ਦੇ ਵਿੱਚ। ਤਾਂ ਦੇਖਦੇ ਹਾਂ ਹੁਣ ਕਿਹੜਾ ਕਿਹੜਾ ਇਹ ਬਰਤਨਾਂ ਵੱਲ ਨੂੰ ਚੱਲਦਾ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।